ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਆਪਾਂ ਸਾਰਿਆਂ ਦੀ ਫਰਮਾਇਸ਼ 'ਤੇ ਲੈ ਕੇ ਆਏ ਹਾਂ ਵੈਜ ਮੋਮੋਜ਼ ਦੀ ਬਹੁਤ ਟੇਸਟੀ ਰੈਸਪੀ। ਮੋਮੋਜ਼ ਖਾਣਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ, ਅਤੇ ਬਾਜ਼ਾਰ ਤੋਂ ਵਧੀਆ ਮੋਮੋਜ਼ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ, ਅਤੇ ਨਾਲ ਬਣਾਵਾਂਗੇ ਆਪਾਂ ਖਾਸ ਤੌਰ 'ਤੇ ਮੋਮੋਜ਼ ਨਾਲ ਖਾਧੀ ਜਾਣ ਵਾਲੀ ਮੋਮੋਜ਼ ਵਾਲੀ ਚਟਨੀ। ਇਹ ਚਟਨੀ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਿ ਤੁਸੀਂ ਇੱਕ ਵਾਰੀ ਬਣਾਓਗੇ ਤਾਂ ਬਾਰ ਬਾਰ ਬਣਾਉਣਾ ਚਾਹੋਗੇ, ਅਤੇ ਮੋਮੋਜ਼ ਦਾ ਟੇਸਟ ਇਸ ਚਟਨੀ ਤੋਂ ਬਿਨਾਂ ਬਿਲਕੁਲ ਅਧੂਰਾ ਹੈ। ਅਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ, ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਹੀ ਟੇਸਟੀ ਵੈਜ ਮੋਮੋਜ਼ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ। ਇਹ ਰੈਸਪੀ ਆਪਾਂ ਸਟੈਪ ਬਾਈ ਸਟੈਪ ਬਣਾ ਕੇ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਬਣਾਵਾਂਗੇ ਮੋਮੋਜ਼ ਨਾਲ ਖਾਧੀ ਜਾਣ ਵਾਲੀ ਟੇਸਟੀ ਚਟਨੀ। ਚਟਨੀ ਬਣਾਉਣ ਲਈ ਇੱਥੇ ਮੈਂ ਮੀਡੀਅਮ ਸਾਈਜ਼ ਦੇ 4 ਟਮਾਟਰ ਲਏ ਹਨ। ਟਮਾਟਰ ਮੈਂ ਧੋ ਕੇ ਇਸ ਤਰੀਕੇ ਨਾਲ ਮੋਟੇ ਮੋਟੇ ਪੀਸਾਂ ਵਿੱਚ ਕੱਟ ਲਏ ਹਨ। 8 ਤੋਂ 10 ਲਈਆਂ ਹਨ ਕਸ਼ਮੀਰੀਆਂ ਸੁੱਕੀਆਂ ਲਾਲ ਮਿਰਚਾਂ। ਇਹਨਾਂ ਨਾਲ ਇਹ ਚਟਨੀ ਬਹੁਤ ਜ਼ਿਆਦਾ ਵਧੀਆ ਅਤੇ ਇਕਦਮ ਲਾਲ ਬਣ ਕੇ ਤਿਆਰ ਹੋਏਗੀ ਅਤੇ ਕੜਵੀ ਬਿਲਕੁਲ ਨਹੀਂ ਬਣੇਗੀ। ਅਤੇ 10 ਤੋਂ 12 ਕਲੀਆਂ ਇੱਥੇ ਮੈਂ ਲਸਣ ਦੀਆਂ ਲਈਆਂ ਹਨ। ਹੁਣ ਮੈਂ ਗੈਸ ਦੇ ਉੱਪਰ ਪੈਨ ਵਿੱਚ 1 ਗਲਾਸ ਪਾਣੀ ਦਾ ਪਾ ਕੇ ਰੱਖਿਆ ਹੈ। ਪਾਣੀ ਨੂੰ ਹਲਕਾ ਜਿਹਾ ਬੋਇਲ ਆ ਗਿਆ ਹੈ, ਇਹਦੇ ਵਿੱਚ ਆਪਾਂ ਕੱਟੇ ਹੋਏ ਟਮਾਟਰ ਪਾ ਦੇਵਾਂਗੇ ਅਤੇ ਨਾਲ ਹੀ ਸਾਬਤ ਕਸ਼ਮੀਰੀ ਲਾਲ ਮਿਰਚਾਂ ਵੀ ਇਹਦੇ ਵਿੱਚ ਐਡ ਕਰ ਦੇਵਾਂਗੇ। ਨਾਲ ਹੀ ਪਾ ਦੇਵਾਂਗੇ ਲਸਣ ਦੀਆਂ ਕਲੀਆਂ। ਹੁਣ ਮੀਡੀਅਮ ਫਲੇਮ ਦੇ ਉੱਪਰ 10 ਤੋਂ 15 ਮਿੰਟ ਵਾਸਤੇ ਇਹਨਾਂ ਨੂੰ ਬੋਇਲ ਕਰਾਂਗੇ ਤਾਂ ਕਿ ਟਮਾਟਰ ਵੀ ਸੌਫਟ ਹੋ ਜਾਣ ਅਤੇ ਮਿਰਚਾਂ ਲਸਣ ਵੀ ਸੌਫਟ ਹੋ ਜਾਵੇ। ਹੁਣ 15 ਮਿੰਟ ਇਹਨਾਂ ਨੂੰ ਮੀਡੀਅਮ ਫਲੇਮ ਦੇ ਉੱਪਰ ਪਕਾ ਲਿਆ ਹੈ, ਇੱਕ ਵਾਰੀ ਆਪਾਂ ਚੈੱਕ ਕਰਾਂਗੇ। ਟਮਾਟਰ ਦਾ ਛਿਲਕਾ ਤੁਸੀਂ ਦੇਖ ਰਹੇ ਹੋ ਉਤਰ ਰਿਹਾ ਹੈ, ਟਮਾਟਰ ਬਹੁਤ ਹੀ ਵਧੀਆ ਸੌਫਟ ਹੋ ਗਏ ਹਨ ਅਤੇ ਮਿਰਚਾਂ ਅਤੇ ਲਸਣ ਵੀ ਬਿਲਕੁਲ ਸੌਫਟ ਹੋ ਗਿਆ ਹੈ। ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ ਅਤੇ ਇਹਨਾਂ ਨੂੰ ਛਾਣ ਲਵਾਂਗੇ। ਸਾਰਾ ਕੁਝ ਹੁਣ ਚੰਗੀ ਤਰ੍ਹਾਂ ਠੰਡਾ ਕਰਨਾ ਹੈ, ਇਸ ਤਰੀਕੇ ਨਾਲ ਆਪਾਂ ਦੂਰ ਦੂਰ ਕਰ ਦੇਵਾਂਗੇ ਅਤੇ ਜਲਦੀ ਠੰਡੇ ਹੋ ਜਾਣਗੇ। ਠੰਡਾ ਕਰਕੇ ਇਹਨਾਂ ਨੂੰ ਪੀਸ ਕੇ ਤਿਆਰ ਕਰਾਂਗੇ। ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਠੰਡੇ ਕਰ ਲਿਆ ਹੈ, ਹੁਣ ਟਮਾਟਰਾਂ ਦੇ ਛਿਲਕੇ ਆਪਾਂ ਉਤਾਰ ਦੇਵਾਂਗੇ। ਚਟਨੀ ਬਣਾਉਣ ਲਈ ਆਪਾਂ ਕਸ਼ਮੀਰੀ ਲਾਲ ਮਿਰਚਾਂ ਹੀ ਯੂਜ਼ ਕਰਨੀਆਂ ਹਨ। ਜੇ ਤੁਸੀਂ ਸਿੰਪਲ ਵਾਲੀ ਲਾਲ ਮਿਰਚ ਯੂਜ਼ ਕਰੋਗੇ ਬਹੁਤ ਜ਼ਿਆਦਾ ਕੌੜੀ ਹੁੰਦੀ, ਜਿੰਨਾ ਕਿ ਚਟਨੀ ਕੌੜੀ ਹੋ ਜਾਏਗੀ। ਹੁਣ ਟਮਾਟਰਾਂ ਦੇ ਛਿਲਕਾ ਮੈਂ ਉਤਾਰ ਲਈਆਂ ਹਨ ਅਤੇ ਇਹਨਾਂ ਨੂੰ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਕੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ। ਅਤੇ ਪੀਸਣ ਤੋਂ ਪਹਿਲਾਂ ਠੰਡਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਇਹਨਾਂ ਨੂੰ ਮੈਂ ਪੀਸ ਕੇ ਬਿਲਕੁਲ ਪੇਸਟ ਵਾਂਗੂ ਤਿਆਰ ਕਰ ਲਿਆ, ਤੁਸੀਂ ਦੇਖ ਸਕਦੇ ਹੋ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ। ਹੁਣ ਗੈਸ ਦੇ ਉੱਪਰ ਪੈਨ ਰੱਖਾਂਗੇ ਅਤੇ ਇਹਦੇ ਵਿੱਚ ਆਪਾਂ 2 ਚਮਚ ਤੇਲ ਦੇ ਪਾ ਦੇਵਾਂਗੇ। ਹੁਣ ਪੀਸੀ ਹੋਈ ਚਟਨੀ ਜਿਹੜੀ ਹੈ ਉਹ ਆਪਾਂ ਇਸ ਪੈਨ ਦੇ ਵਿੱਚ ਪਾ ਦੇਵਾਂਗੇ। ਅਤੇ ਮੀਡੀਅਮ 'ਚ ਫਲੇਮ ਦੇ ਉੱਪਰ ਆਪਾਂ ਇਹ ਸੌਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਮਾੜਾ ਮੋਟਾ ਕੱਚਾਪਨ ਹੋਏਗਾ ਤਾਂ ਖਤਮ ਹੋ ਜਾਏਗਾ। ਇਸ ਤਰੀਕੇ ਨਾਲ ਜਦੋਂ ਚਟਨੀ ਰੜ ਜਾਂਦੀ ਹੈ ਹੋਰ ਵੀ ਜ਼ਰਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਹੁਣ ਇਹਦੇ ਵਿੱਚ ਆਪਾਂ ਬਿਲਕੁਲ ਥੋੜ੍ਹਾ ਜਿਹਾ ਨਮਕ ਐਡ ਕਰਾਂਗੇ, ਬਿਲਕੁਲ ਥੋੜ੍ਹੀ ਜਿਹੀ ਕੁੱਟੀ ਹੋਈ ਕਾਲੀ ਮਿਰਚ ਪਾਵਾਂਗੇ, 2 ਚਮਚ ਪਾਵਾਂਗੇ ਟਮੈਟੋ ਕੈਚਅਪ ਦੇ, ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। 1 ਚਮਚ ਭਰ ਕੇ ਚੀਨੀ ਪਾ ਦੇਵਾਂਗੇ, ਚੀਨੀ ਨਾਲ ਟੇਸਟ ਬਹੁਤ ਵਧੀਆ ਬੈਲੈਂਸ ਹੋ ਜਾਂਦਾ ਹੈ। ਸਾਰਾ ਕੁਝ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ, ਸਿਰਫ ਆਪਾਂ 1 ਮਿੰਟ ਵਾਸਤੇ ਇਹਨਾਂ ਨੂੰ ਹੋਰ ਪਕਾ ਲਵਾਂਗੇ। ਚਟਨੀ ਹੁਣ ਬਹੁਤ ਹੀ ਵਧੀਆ ਰਿੱਝਣੀ ਸ਼ੁਰੂ ਹੋ ਗਈ, ਚਟਨੀ ਬਹੁਤ ਵਧੀਆ ਕੜ ਗਈ ਹੈ, ਬਹੁਤ ਵਧੀਆ ਕੰਸਿਸਟੈਂਸੀ ਹੈ। ਤਾਂ ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ। ਹੁਣ ਆਪਣੀ ਚਟਨੀ ਜਿਹੜੀ ਹੈ ਬਿਲਕੁਲ ਤਿਆਰ ਹੈ, ਅਤੇ ਇਹਨੂੰ ਹੁਣ ਆਪਾਂ ਠੰਡੇ ਹੋਣ ਵਾਸਤੇ ਸਾਈਡ 'ਤੇ ਰੱਖ ਦੇਵਾਂਗੇ।
ਚਟਨੀ ਹੁਣ ਮੈਂ ਚੰਗੀ ਤਰ੍ਹਾਂ ਠੰਡੀ ਕਰ ਲਈ ਹੈ ਅਤੇ ਇੱਥੇ ਮੈਂ ਅੱਧਾ ਨਿੰਬੂ ਲਿਆ ਹੈ ਅਤੇ ਨਿੰਬੂ ਆਪਾਂ ਇਹਦੇ ਵਿੱਚ ਨਿਚੋੜ ਦੇਵਾਂਗੇ। ਠੰਡੀ ਹੋਣ 'ਤੇ ਹੀ ਨਿੰਬੂ ਨਿਚੋੜਨਾ ਹੈ, ਵੱਡਾ ਨਿੰਬੂ ਹੈ ਤੁਹਾਡੇ ਕੋਲ, ਛੋਟਾ ਨਿੰਬੂ ਹੋਵੇ ਤੁਸੀਂ ਪੂਰਾ ਇੱਕ ਨਿਚੋੜ ਸਕਦੇ ਹੋ। ਤਾਂ ਹੁਣ ਮਿਕਸ ਕਰ ਦੇਵਾਂਗੇ। ਹੁਣ ਆਪਣੀ ਬਹੁਤ ਹੀ ਟੇਸਟੀ ਮੋਮੋਜ਼ ਨਾਲ ਖਾਣ ਵਾਲੀ ਚਟਨੀ ਬਿਲਕੁਲ ਤਿਆਰ ਹੈ, ਬਹੁਤ ਜ਼ਿਆਦਾ ਟੇਸਟੀ ਚਟਨੀ ਬਣ ਕੇ ਤਿਆਰ ਹੋਈ ਹੈ ਅਤੇ ਬਾਜ਼ਾਰ ਤੋਂ ਕਿਤੇ ਵਧੀਆ ਚਟਨੀਆਂ ਘਰ ਵਿੱਚ ਬਣ ਗਈ ਹੈ। ਹੁਣ ਆਪਾਂ ਮੋਮੋਜ਼ ਵਾਸਤੇ ਸਟਫਿੰਗ ਤਿਆਰ ਕਰ ਲਵਾਂਗੇ। ਇੱਥੇ ਮੈਂ 2 ਕੱਪ ਲਈ ਹੈ ਪੱਤਾ ਗੋਭੀ ਅਤੇ ਇਹਨੂੰ ਮੈਂ ਚੋਪਰ ਵਿੱਚ ਚੋਪ ਕਰ ਲਿਆ ਹੈ। 1 ਕੱਪ ਗਾਜਰ ਰਹੀ ਹੈ ਅਤੇ ਗਾਜਰ ਨੂੰ ਮੈਂ ਚੋਪਰ ਵਿੱਚ ਚੋਪ ਕਰ ਲਿਆ ਹੈ। 1/2 ਕੱਪ ਸ਼ਿਮਲਾ ਮਿਰਚਾਂ ਲਈਆਂ ਹਨ, ਇਹਨਾਂ ਨੂੰ ਮੈਂ ਬਿਲਕੁਲ ਬਰੀਕ ਕੱਟ ਕੇ ਤਿਆਰ ਕਰ ਲਿਆ ਹੈ। 1/2 ਕੱਪ ਹਰਾ ਧਨੀਆ ਬਰੀਕ ਕੱਟ ਕੇ ਲਿਆ ਹੈ। ਹੁਣ 1/2 ਚਮਚ ਇਹਦੇ ਵਿੱਚ ਨਮਕ ਪਾਵਾਂਗੇ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਮਕ ਨੂੰ ਸਾਰੇ ਸਬਜ਼ੀਆਂ ਨਾਲ ਮਿਕਸ ਕਰਨਾ ਹੈ। ਜੇ ਤੁਹਾਡੇ ਕੋਲ ਚੋਪਰ ਨਾ ਹੋਵੇ ਤੁਸੀਂ ਪੱਤਾ ਗੋਭੀ ਨੂੰ ਬਿਲਕੁਲ ਬਰੀਕ ਕੱਟ ਕੇ ਵੀ ਲੈ ਸਕਦੇ ਹੋ ਅਤੇ ਗਾਜਰਾਂ ਨੂੰ ਤੁਸੀਂ ਕੱਦੂਕਸ ਕਰ ਸਕਦੇ ਹੋ, ਤਾਂ ਵੀ ਸਟਫਿੰਗ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ। ਨਮਕ ਹੁਣ ਮੈਂ ਚੰਗੀ ਤਰ੍ਹਾਂ ਸਾਰੇ ਸਬਜ਼ੀਆਂ ਵਿੱਚ ਮਿਕਸ ਕਰ ਲਿਆ ਹੈ। ਹੁਣ 10 ਮਿੰਟ ਸਬਜ਼ੀਆਂ ਨੂੰ ਇਸੇ ਤਰੀਕੇ ਨਾਲ ਪੈ ਰਹਿਣ ਦੇਵਾਂਗੇ ਤਾਂ ਕਿ ਸਬਜ਼ੀਆਂ ਚੰਗੀ ਤਰ੍ਹਾਂ ਪਾਣੀ ਛੱਡ ਦੇਣ। ਹੁਣ 10 ਮਿੰਟ ਹੋ ਚੁੱਕੇ ਹਨ, ਸਬਜ਼ੀਆਂ ਨੇ ਪਾਣੀ ਛੱਡ ਦਿੱਤਾ ਹੈ। ਹੁਣ ਆਪਾਂ ਇੱਕ ਬੋਲ ਦੇ ਉੱਪਰ ਇਸ ਤਰੀਕੇ ਨਾਲ ਸਾਫ਼ ਕੱਪੜਾ ਵਿਛਾ ਦੇਵਾਂਗੇ। ਇਹਦੇ ਵਿੱਚ ਹੁਣ ਆਪਾਂ ਇਹ ਸਬਜ਼ੀਆਂ ਪਾ ਦੇਵਾਂਗੇ। ਸਬਜ਼ੀ ਨੇ ਕਾਫ਼ੀ ਸਾਰਾ ਪਾਣੀ ਛੱਡ ਦਿੱਤਾ ਹੈ ਅਤੇ ਸਬਜ਼ੀਆਂ ਦਾ ਪਾਣੀ ਨਿਚੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਕੱਪੜੇ ਨੂੰ ਇਸ ਤਰੀਕੇ ਨਾਲ ਆਪਾਂ ਟਾਈਟ ਕਰਾਂਗੇ। ਟਾਈਟ ਕਰਕੇ ਆਪਾਂ ਚੰਗੀ ਤਰ੍ਹਾਂ ਪਾਣੀ ਨਿਚੋੜਨਾ ਹੈ। ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਰਹਿਣਾ ਚਾਹੀਦਾ। ਇਸ ਤਰੀਕੇ ਨਾਲ ਆਪਣੇ ਮੋਮੋਜ਼ ਬਹੁਤ ਵਧੀਆ ਬਣ ਜਾਣਗੇ ਅਤੇ ਸਟਫਿੰਗ ਬਹੁਤ ਵਧੀਆ ਫੀਲ ਹੋ ਜਾਏਗੀ। ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਨੇ ਕਿੰਨਾ ਜ਼ਿਆਦਾ ਪਾਣੀ ਛੱਡਿਆ ਹੈ। ਤੁਸੀਂ ਇਸ ਪਾਣੀ ਨੂੰ ਸੂਪ ਵਗੈਰਾ ਵਿੱਚ ਜਾਂ ਫਿਰ ਸਬਜ਼ੀ ਦਾਲ ਵਿੱਚ ਵੀ ਯੂਜ਼ ਕਰ ਸਕਦੇ ਹੋ। ਨਿਚੋੜੀ ਹੋਈ ਸਬਜ਼ੀ ਹੁਣ ਆਪਾਂ ਥਾਲੀ ਦੇ ਵਿੱਚ ਪਾ ਦੇਵਾਂਗੇ। ਹੁਣ ਮੈਂ ਗੈਸ ਦੇ ਉੱਪਰ ਇੱਕ ਕੜਾਹੀ ਰੱਖੀ ਹੈ, ਇਹਦੇ ਵਿੱਚ ਪਾਵਾਂਗੇ 2 ਚਮਚ ਬਟਰ ਯਾਨੀ ਕਿ ਮੱਖਣ। ਤੜਕੇ ਵਾਸਤੇ ਤੁਸੀਂ ਇੱਥੇ ਮੱਖਣ ਦਾ ਯੂਜ਼ ਹੀ ਕਰਨਾ ਹੈ, ਮੱਖਣ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। ਮੱਖਣ ਹਲਕਾ ਜਿਹਾ ਗਰਮ ਹੋ ਗਿਆ ਹੈ, ਇਹਦੇ ਵਿੱਚ ਹੁਣ ਆਪਾਂ ਕੁੱਟਿਆ ਹੋਇਆ ਅਦਰਕ ਅਤੇ ਲਸਣ ਪਾ ਦੇਵਾਂਗੇ। 1 ਚਮਚ ਅਦਰਕ ਲਸਣ ਦਾ ਕੁੱਟ ਕੇ ਲਿਆ ਹੈ, 3-4 ਹਰੀਆਂ ਮਿਰਚਾਂ ਬਿਲਕੁਲ ਬਰੀਕ ਕੱਟ ਕੇ ਪਾ ਦਿੱਤੀਆਂ ਹਨ। ਦੋਨਾਂ ਚੀਜ਼ਾਂ ਨੂੰ ਇਕੱਠੇ ਹੀ ਆਪਾਂ ਇਸ ਤਰੀਕੇ ਨਾਲ ਹਲਕਾ ਜਿਹਾ ਭੁੰਨ ਲਵਾਂਗੇ। ਅਦਰਕ ਲਸਣ ਨੂੰ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨਾ, ਬਸ ਹਲਕਾ ਜਿਹਾ ਭੁੰਨਿਆ ਹੈ ਅਤੇ ਇਹਦੇ ਵਿੱਚ ਹੁਣ ਆਪਾਂ ਤਿਆਰ ਕੀਤੀਆਂ ਸਬਜ਼ੀਆਂ ਨਿਚੋੜ ਕੇ ਰੱਖੀਆਂ ਜਿਹੜੀਆਂ ਉਹ ਪਾ ਦੇਵਾਂਗੇ। ਅਤੇ ਸਬਜ਼ੀਆਂ ਨੂੰ ਆਪਾਂ ਹਾਈ ਫਲੇਮ ਦੇ ਉੱਪਰ ਬਸ ਹਲਕਾ ਜਿਹਾ ਭੁੰਨਣਾ ਹੈ, ਬਹੁਤ ਜ਼ਿਆਦਾ ਸੌਫਟ ਨਹੀਂ ਕਰਨਾ। ਸਬਜ਼ੀਆਂ ਦਾ ਕਰੰਚ ਬਿਲਕੁਲ ਬਣਿਆ ਰਹਿਣਾ ਚਾਹੀਦਾ ਹੈ, ਸਬਜ਼ੀਆਂ ਜ਼ਿਆਦਾ ਸੌਫਟ ਨਹੀਂ ਕਰਨੀਆਂ, ਬਸ ਹਲਕਾ ਜਿਹਾ ਭੁੰਨ ਲਿਆ ਹੈ। ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾਉਣਾ ਹੈ, ਨਮਕ ਬਹੁਤ ਘੱਟ ਪਾਉਣਾ ਹੈ, ਨਮਕ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਪਹਿਲਾਂ ਵੀ ਨਮਕ ਪਾਇਆ ਸੀਗਾ। ਅਤੇ ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਕਾਲੀ ਮਿਰਚ ਕੁੱਟੀ ਹੋਈ ਪਾ ਦੇਵਾਂਗੇ। 1 ਵਾਰੀ ਹੁਣ ਚੰਗੀ ਤਰ੍ਹਾਂ ਨਮਕ ਕਾਲੀ ਮਿਰਚ ਆਪਾਂ ਸਬਜ਼ੀ ਵਿੱਚ ਮਿਕਸ ਕਰ ਦੇਵਾਂਗੇ। ਹੁਣ ਆਪਣੀ ਮੋਮੋਜ਼ ਵਾਸਤੇ ਸਟਫਿੰਗ ਬਿਲਕੁਲ ਤਿਆਰ ਹੈ। ਹੁਣ ਆਪਾਂ ਇਸ ਸਟਫਿੰਗ ਨੂੰ ਥਾਲੀ ਵਿੱਚ ਪਾ ਕੇ ਠੰਡੀ ਹੋਣ ਵਾਸਤੇ ਰੱਖ ਦੇਵਾਂਗੇ। ਹੁਣ ਆਪਾਂ ਮੋਮੋਜ਼ ਵਾਸਤੇ ਡੋ ਤਿਆਰ ਕਰ ਲਵਾਂਗੇ। ਇੱਥੇ ਮੈਂ 1 ਕੱਪ ਭਰ ਕੇ ਮੈਦੇ ਦਾ ਲਿਆ ਹੈ, ਵੇਟ ਵਿੱਚ ਇਹ 200 ਗ੍ਰਾਮ ਦੇ ਆਸ ਪਾਸ ਹੈ। ਬਿਲਕੁਲ ਥੋੜ੍ਹਾ ਜਿਹਾ ਇਹਦੇ ਵਿੱਚ ਨਮਕ ਪਾਵਾਂਗੇ, ਚਮਚ ਦੇ 1/4 ਹਿੱਸੇ ਤੋਂ ਵੀ ਘੱਟ ਮੈਂ ਨਮਕ ਇਹਦੇ ਵਿੱਚ ਐਡ ਕੀਤਾ ਹੈ। 1 ਵਾਰੀ ਨਮਕ ਨੂੰ ਆਟੇ ਨਾਲ ਮਿਕਸ ਕਰ ਦੇਵਾਂਗੇ। 2 ਚਮਚ ਇਹਦੇ ਵਿੱਚ ਤੇਲ ਦੇ ਪਾ ਦੇਵਾਂਗੇ। ਤੇਲ ਪਾ ਕੇ 1 ਵਾਰੀ ਆਟੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ।
ਹੁਣ ਸੇਮ ਕੌਲੀ ਦੇ ਨਾਲ ਮੈਂ ਇੱਥੇ ਇੱਕ ਕੌਲੀ ਭਰ ਕੇ ਪਾਣੀ ਦੇ ਲਈ ਹੈ। ਪਾਣੀ ਬਿਲਕੁਲ ਠੰਡਾ ਚਿਲਡ ਹੋਣਾ ਚਾਹੀਦਾ ਹੈ, ਫਰਿੱਜ ਵਾਲਾ ਪਾਣੀ ਇੱਥੇ ਮੈਂ ਲਿਆ ਹੈ। ਹੁਣ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਪਾਣੀ ਐਡ ਕੀਤਾ ਹੈ। ਇਸ ਤਰੀਕੇ ਨਾਲ ਆਪਾਂ ਡੋ ਤਿਆਰ ਕਰ ਲਵਾਂਗੇ। ਡੋ ਬਿਲਕੁਲ ਸਖਤ ਹੋਣਾ ਚਾਹੀਦਾ ਹੈ, ਡੋ ਬਿਲਕੁਲ ਢਿੱਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਮੋਮੋਜ਼ ਵਾਸਤੇ ਆਪਾਂ ਡੋ ਲਗਾਉਂਦੇ ਹਾਂ ਬਿਲਕੁਲ ਸਖਤ ਹੋਣਾ ਚਾਹੀਦਾ ਹੈ। ਹਲਕਾ ਹਲਕਾ ਪਾਣੀ ਪਾ ਕੇ ਆਪਾਂ ਇਹ ਡੋ ਬਿਲਕੁਲ ਵਧੀਆ ਗੁੰਨ ਕੇ ਤਿਆਰ ਕਰ ਲਵਾਂਗੇ। ਹੁਣ ਡੋ ਨੂੰ ਮੈਂ ਚੰਗੀ ਤਰ੍ਹਾਂ ਇਕੱਠਾ ਕਰ ਲਿਆ ਹੈ, ਹੁਣ ਪਾਣੀ ਬਿਲਕੁਲ ਯੂਜ਼ ਨਹੀਂ ਕਰਾਂਗੇ। ਹਲਕਾ ਹਲਕਾ ਆਪਾਂ ਤੇਲ ਦਾ ਹੱਥ ਲਗਾ ਕੇ ਇਸ ਡੋ ਨੂੰ ਬਿਲਕੁਲ ਮੁਲਾਇਮ ਕਰ ਲਵਾਂਗੇ। ਇਸ ਡੋ ਨੂੰ ਆਪਾਂ 5 ਤੋਂ 6 ਮਿੰਟ ਵਾਸਤੇ ਚੰਗੀ ਤਰ੍ਹਾਂ ਮੁੱਕਿਆਂ ਦੇ ਕੇ ਸੋਫਟ ਕਰਨਾ ਹੈ, ਪਰ ਪਾਣੀ ਦਾ ਯੂਜ਼ ਨਹੀਂ ਕਰਨਾ ਕਿਉਂਕਿ ਡੋ ਆਪਾਂ ਨੂੰ ਸਖਤ ਹੀ ਚਾਹੀਦਾ ਹੈ। ਜੇ ਪਾਣੀ ਯੂਜ਼ ਕਰਾਂਗੇ ਡੋ ਢਿੱਲਾ ਹੋ ਜਾਏਗਾ। ਹੁਣ ਬਿਲਕੁਲ ਸਖਤ ਜਿਹਾ ਮੈਂ ਡੋ ਇੱਥੇ ਤਿਆਰ ਕਰ ਲਿਆ ਹੈ। ਇਹਦੇ ਉੱਪਰ ਆਪਾਂ ਹਲਕਾ ਜਿਹਾ ਤੇਲ ਦਾ ਹੱਥ ਲਗਾ ਦੇਵਾਂਗੇ। ਇਸ ਤਰੀਕੇ ਨਾਲ ਆਪਾਂ ਆਸੇ ਪਾਸੇ ਸਾਰਾ ਤੇਲ ਲਗਾਉਣਾ ਹੈ। ਇਸ ਤਰ੍ਹਾਂ ਕੋਈ ਸਾਫ਼ ਪੋਲੀਥੀਨ ਲਿਫਾਫਾ ਜਾਂ ਫਿਰ ਤੁਸੀਂ ਕਲਿੰਗ ਰੈਪ ਇੱਥੇ ਲੈ ਸਕਦੇ ਹੋ। ਇਹਦੇ ਵਿੱਚ ਆਪਾਂ ਇਹ ਡੋ ਰੱਖ ਦੇਵਾਂਗੇ ਅਤੇ ਇਸ ਡੋ ਨੂੰ ਆਪਾਂ ਫਰਿੱਜ ਵਿੱਚ 10 ਮਿੰਟ ਵਾਸਤੇ ਸੈੱਟ ਹੋਣ ਵਾਸਤੇ ਰੱਖ ਦੇਵਾਂਗੇ। ਇਸ ਡੋ ਨੂੰ ਬਿਲਕੁਲ ਹਵਾ ਨਹੀਂ ਲੱਗਣੀ ਚਾਹੀਦੀ, ਨਹੀਂ ਤਾਂ ਇਹ ਡਰਾਈ ਹੋ ਜਾਏਗਾ। ਇਸ ਤਰੀਕੇ ਨਾਲ ਆਪਾਂ ਇਹਨੂੰ ਬੰਦ ਕਰਕੇ ਅਤੇ ਫਰਿੱਜ ਵਿੱਚ 10 ਮਿੰਟ ਵਾਸਤੇ ਪੈ ਰਹਿਣ ਦੇਵਾਂਗੇ। ਟੋਟਲ ਆਪਣੀ ਇੱਥੇ ਅੱਧੀ ਕੌਲੀ ਪਾਣੀ ਦੀ ਲੱਗੀ ਹੈ, ਪਾਣੀ ਇਸ ਤੋਂ ਜ਼ਿਆਦਾ ਨਹੀਂ ਲੈਣਾ। ਹੁਣ 10 ਤੋਂ 15 ਮਿੰਟ ਹੋ ਚੁੱਕੇ ਹਨ, ਆਪਣਾ ਡੋ ਜਿਹੜਾ ਹੈ ਬਿਲਕੁਲ ਵਧੀਆ ਤਰੀਕੇ ਨਾਲ ਸੈੱਟ ਹੋ ਗਿਆ ਹੈ। ਇੱਕ ਵਾਰੀ ਹੱਥਾਂ ਨੂੰ ਇਸ ਤਰੀਕੇ ਨਾਲ ਤੇਲ ਲਗਾ ਕੇ ਅਤੇ ਡੋ ਨੂੰ ਮੁਲਾਇਮ ਕਰ ਲਵਾਂਗੇ, ਪਾਣੀ ਦਾ ਯੂਜ਼ ਨਹੀਂ ਕਰਨਾ। ਅਤੇ ਡੋ ਨੂੰ ਆਪਾਂ 2 ਹਿੱਸਿਆਂ ਵਿੱਚ ਡਿਵਾਈਡ ਕਰ ਲਵਾਂਗੇ। ਤੁਸੀਂ ਬਿਲਕੁਲ ਧਿਆਨ ਨਾਲ ਇਹ ਰੈਸਪੀ ਦੇਖਣੀ ਤਾਂ ਹੀ ਤੁਹਾਡੇ ਮੋਮੋਜ਼ ਵਧੀਆ ਬਣ ਕੇ ਤਿਆਰ ਹੋਣਗੇ। ਅੱਧਾ ਡੋ ਆਪਾਂ ਫਰਿੱਜ ਵਿੱਚ ਰੱਖ ਦੇਵਾਂਗੇ ਹਾਲੇ, ਅਤੇ ਅੱਧਾ ਡੋ ਆਪਾਂ ਜਿਹੜਾ ਹੈ ਉਹਦੇ ਆਪਾਂ ਮੋਮੋਜ਼ ਬਣਾ ਕੇ ਤਿਆਰ ਕਰਾਂਗੇ। ਸਾਰਾ ਡੋ ਬਾਹਰ ਪਿਆ ਰਹੇਗਾ ਤਾਂ ਬਿਲਕੁਲ ਡਰਾਈ ਹੋ ਜਾਏਗਾ ਜਾਂ ਫਿਰ ਢਿੱਲਾ ਹੋ ਜਾਏਗਾ, ਇਹਨੂੰ ਆਪਾਂ ਫਰਿੱਜ ਵਿੱਚ ਰੱਖ ਦੇਵਾਂਗੇ। ਹੁਣ ਤੁਸੀਂ ਇੱਥੇ ਬੋਰਡ ਲੈ ਸਕਦੇ ਹੋ ਜਾਂ ਫਿਰ ਤੁਸੀਂ ਇੱਥੇ ਚੱਕਲਾ ਲੈ ਸਕਦੇ ਹੋ। ਇਸ ਤਰੀਕੇ ਨਾਲ ਆਪਾਂ ਡੋ ਨੂੰ ਰੋਲ ਕਰਾਂਗੇ, ਹੱਥਾਂ ਨਾਲ ਚੰਗੀ ਤਰ੍ਹਾਂ ਰੋਲ ਕਰਕੇ ਇੱਕਦਮ ਆਪਾਂ ਇਹਨੂੰ ਇਸ ਤਰੀਕੇ ਨਾਲ ਰੋਲਰ ਜਿਹਾ ਇਹਦਾ ਬਣਾ ਲਵਾਂਗੇ। ਹੁਣ ਇਸ ਤਰੀਕੇ ਨਾਲ ਆਪਾਂ ਇਹਦੇ ਛੋਟੇ ਛੋਟੇ ਪੇੜੇ ਕੱਟ ਕੇ ਰੱਖ ਲਵਾਂਗੇ। ਇਸ ਤਰੀਕੇ ਨਾਲ ਪੇੜੇ ਕੱਟਣੇ ਬਹੁਤ ਆਸਾਨ ਹਨ, ਜਦੋਂ ਹੱਥਾਂ ਨਾਲ ਤੋੜਾਂਗੇ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਕੋਈ ਵੱਡਾ ਕੋਈ ਛੋਟਾ ਪੇੜਾ ਬਣ ਜਾਂਦਾ ਹੈ। ਸਾਰੇ ਪੇੜੇ ਇੱਕੋ ਜਿਹਾ ਕਰਕੇ ਰੱਖ ਲਵਾਂਗੇ, ਬਿਲਕੁਲ ਛੋਟੇ ਛੋਟੇ ਆਪਾਂ ਇਸ ਤਰੀਕੇ ਨਾਲ ਪੇੜੇ ਤਿਆਰ ਕਰਨੇ ਹਨ। ਇਸ ਤਰੀਕੇ ਨਾਲ ਮੈਂ ਛੋਟੇ ਛੋਟੇ ਗੋਲੀਆਂ ਬਣਾ ਕੇ ਰੱਖ ਲਈਆਂ ਹਨ। ਹੁਣ ਮੋਮੋਜ਼ ਵਾਸਤੇ ਆਪਾਂ ਛੋਟੇ ਛੋਟੇ ਪੂਰੀਆਂ ਇਸ ਤਰੀਕੇ ਨਾਲ ਬੇਲ ਲਵਾਂਗੇ, ਬਿਲਕੁਲ ਪੂਰੀ ਵਾਂਗੂ ਹੀ ਬੇਲ ਕੇ ਤਿਆਰ ਕਰਨਾ ਹੈ। ਜਿੰਨਾ ਪਤਲਾ ਬੇਲਾਂਗੇ ਉਨੇ ਹੀ ਵਧੀਆ ਮੋਮੋਜ਼ ਬਣ ਕੇ ਤਿਆਰ ਹੋਣਗੇ, ਕਿਉਂਕਿ ਆਟਾ ਆਪਾਂ ਬਹੁਤ ਸਖਤ ਗੁੰਨ ਕੇ ਤਿਆਰ ਕੀਤਾ ਹੈ। ਆਟਾ ਸਖਤ ਹੋਏਗਾ ਤਾਂ ਆਪਣੇ ਮੋਮੋਜ਼ ਬਹੁਤ ਵਧੀਆ ਬਣਨਗੇ। ਬਹੁਤ ਹੀ ਪਤਲਾ ਇੱਦਾਂ ਮੈਂ ਇਹਨਾਂ ਨੂੰ ਬੇਲ ਕੇ ਤਿਆਰ ਕੀਤਾ ਹੈ। ਹੁਣ 1 ਤੋਂ 1.5 ਚਮਚ ਜਿੰਨੀ ਆਪਾਂ ਇਹਦੇ ਵਿੱਚ ਸਟਫਿੰਗ ਰੱਖਣੀ ਹੈ। ਹੱਥਾਂ ਨਾਲ ਹੀ ਆਪਾਂ ਸਟਫ ਕਰਾਂਗੇ ਤਾਂ ਆਸਾਨੀ ਹੋਏਗੀ। ਹੁਣ ਆਪਾਂ ਜਿਹੜੀ ਸਟਫਿੰਗ ਹੈ ਬਿਲਕੁਲ ਵਿਚਕਾਰ ਕਰ ਦੇਵਾਂਗੇ ਅਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਪਲੇਟਸ ਪਾਉਂਦੇ ਜਾਵਾਂਗੇ। ਬਹੁਤ ਧਿਆਨ ਨਾਲ ਦੇਖੋ, ਤਾਂਹੀਓ ਮੈਂ ਕੈਮਰਾ ਨੇੜੇ ਰੱਖਿਆ ਹੋਇਆ ਹੈ। ਇਸ ਤਰੀਕੇ ਨਾਲ ਆਪਾਂ ਪਲੇਟ ਪਾਉਂਦੇ ਜਾਵਾਂਗੇ ਅਤੇ ਪਿੱਛੋਂ ਆਪਾਂ ਟਾਈਟ ਕਰਦੇ ਜਾਵਾਂਗੇ। ਵੀਡੀਓ ਧਿਆਨ ਨਾਲ ਦੇਖੋਗੇ ਤੁਹਾਨੂੰ ਮੋਮੋਜ਼ ਬਣਾਉਣੇ ਬਿਲਕੁਲ ਔਖੇ ਨਹੀਂ ਲੱਗਣਗੇ, ਬਹੁਤ ਹੀ ਆਸਾਨ ਹਨ। ਇਸ ਤਰੀਕੇ ਨਾਲ ਆਪਾਂ ਪਲੇਟਸ ਪਾਉਂਦੇ ਜਾਵਾਂਗੇ ਤਾਂ ਅੰਗੂਠੇ ਨਾਲ ਆਪਾਂ ਪਲੇਟਸ ਨੂੰ ਇਸ ਤਰੀਕੇ ਨਾਲ ਪ੍ਰੈਸ ਕਰਦੇ ਜਾਵਾਂਗੇ। ਹੁਣ ਇਸ ਤਰੀਕੇ ਨਾਲ ਇਹਦੀ ਪੋਟਲੀ ਬਣ ਗਈ ਹੈ ਤਾਂ ਸਟਫਿੰਗ ਜਿਹੜੀ ਦਿਖ ਰਹੀ ਉਹਨੂੰ ਆਪਾਂ ਫਿੰਗਰ ਨਾਲ ਨੀਚੇ ਨੂੰ ਕਰ ਦੇਵਾਂਗੇ। ਇਸ ਤਰੀਕੇ ਨਾਲ ਆਪਾਂ ਟਾਈਟ ਕਰਾਂਗੇ ਤਾਂ ਆਪਣੀ ਇਹ ਪੋਟਲੀ ਬਣ ਕੇ ਤਿਆਰ ਹੋ ਜਾਏਗੀ। ਮੋਮੋਜ਼ ਦੀ ਸ਼ੇਪ ਆਪਾਂ ਇਹਨੂੰ ਦੇ ਦੇਵਾਂਗੇ ਇਸ ਤਰੀਕੇ ਨਾਲ ਟਾਈਟ ਕਰਾਂਗੇ।
ਅਤੇ ਫਿਰ ਤੋਂ ਆਪਾਂ ਇਹ ਪੂਰੀ ਇਸ ਤਰੀਕੇ ਨਾਲ ਬੇਲ ਕੇ ਤਿਆਰ ਕਰ ਲਵਾਂਗੇ। ਬਹੁਤ ਹੀ ਆਸਾਨ ਇਹਨਾਂ ਨੂੰ ਬੇਲਣਾ ਹੋ ਜਾਂਦਾ ਹੈ। ਜੇ ਤੁਹਾਡਾ ਆਟਾ ਢਿੱਲਾ ਹੋਏਗਾ ਤਾਂ ਪੂਰੀਆਂ ਬੇਲਣੀਆਂ ਬਹੁਤ ਮੁਸ਼ਕਿਲ ਹੋ ਜਾਂਦੀਆਂ ਹਨ। ਅਤੇ ਸਾਰੀਆਂ ਪੂਰੀਆਂ ਆਪਾਂ ਇਸ ਤਰੀਕੇ ਨਾਲ ਬਿਲਕੁਲ ਪਤਲੀਆਂ ਪਤਲੀਆਂ ਬੇਲ ਕੇ ਹੀ ਤਿਆਰ ਕਰਨੀਆਂ ਹਨ। ਸਟਫਿੰਗ ਆਪਾਂ 1 ਤੋਂ 1.5 ਚਮਚ ਹੀ ਲੈਣਾ ਹੈ, ਇਸ ਤੋਂ ਜ਼ਰਾ ਸਟਫਿੰਗ ਨਹੀਂ ਭਰਾਂਗੇ। ਇਸ ਤਰੀਕੇ ਨਾਲ ਆਪਾਂ ਸਟਫਿੰਗ ਰੱਖ ਦੇਵਾਂਗੇ। ਸਟਫਿੰਗ ਵੀ ਜਿਹੜੀ ਬਣਾਈ ਹੈ ਬਹੁਤ ਜ਼ਰਾ ਟੇਸਟੀ ਹੈ, ਅਦਰਕ ਤੁਸੀਂ ਜ਼ਰੂਰ ਪਾਇਓ। ਮੋਮੋਸ ਵਿੱਚ ਮੇਨ ਕੰਮ ਹੁੰਦਾ ਹੈ ਪਲੇਟਸ ਪਾਉਣੇ, ਤੁਸੀਂ ਪਲੇਟਸ ਪਾਉਣੇ ਸਿੱਖ ਜਾਓਗੇ, ਤੁਹਾਡੇ ਮੋਮੋਸ ਬਹੁਤ ਹੀ ਵਧੀਆ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਣਗੇ। ਇਸ ਤਰੀਕੇ ਨਾਲ ਆਪਾਂ ਪਲੇਟਸ ਪਾਉਂਦੇ ਜਾਵਾਂਗੇ ਅਤੇ ਪਿੱਛੋਂ ਆਪਾਂ ਇਸ ਤਰੀਕੇ ਨਾਲ ਅੰਗੂਠੇ ਨਾਲ ਇਹਨੂੰ ਸੈੱਟ ਕਰਦੇ ਜਾਵਾਂਗੇ। ਅਤੇ ਸੇਮ ਸ਼ੇਪ ਦਾ ਇਹ ਵੀ ਮੋਮੋਜ਼ ਮੈਂ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਿਆ ਹੈ। ਇਸ ਤਰੀਕੇ ਨਾਲ ਤੁਹਾਨੂੰ ਵਾਧੂ ਆਟਾ ਲੱਗੇ ਤੁਸੀਂ ਉੱਤੋਂ ਉਤਾਰ ਵੀ ਸਕਦੇ ਹੋ। ਅਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਬਹੁਤ ਹੀ ਆਸਾਨ ਮੋਮੋਜ਼ ਦੀ ਸ਼ੇਪ ਦੱਸਣ ਲੱਗੀ ਹੈ, ਬਹੁਤ ਜ਼ਿਆਦਾ ਆਸਾਨ ਹੈ। ਸਾਰੀਆਂ ਪੂਰੀਆਂ ਆਪਾਂ ਪਤਲੀਆਂ ਬਿਲ ਕੇ ਤਿਆਰ ਕਰੇ ਤਾਂ ਮੈਂ ਬਾਰ ਬਾਰ ਦੱਸ ਰਿਹਾ, ਮੋਟੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਇਸ ਤਰੀਕੇ ਨਾਲ ਆਪਾਂ ਸਟਫਿੰਗ ਰੱਖ ਲਵਾਂਗੇ। ਸਟਫਿੰਗ ਨੂੰ ਪਹਿਲਾਂ ਵਿਚਕਾਰ ਸੈੱਟ ਜ਼ਰੂਰ ਕਰਨਾ ਹੈ, ਆਸੇ ਪਾਸੇ ਨਹੀਂ ਲੱਗੀ ਹੋਣੀ ਚਾਹੀਦੀ। ਸੇਮ ਉਸੇ ਤਰੀਕੇ ਨਾਲ ਆਪਾਂ ਇਹਦੇ ਪਲੇਟਸ ਪਾਉਣੇ ਹਨ ਜਿਸ ਤਰ੍ਹਾਂ ਪਹਿਲਾਂ ਪਾਏ ਸੀਗੇ, ਪਰ ਪੂਰੇ ਮੋਮੋਜ਼ ਨੂੰ ਪਲੇਟਸ ਨਹੀਂ ਪਾਉਣੇ, ਆਪਾਂ ਅੱਧੇ ਮੋਮੋਜ਼ ਨੂੰ ਹੀ ਪਲੇਟਸ ਪਾਵਾਂਗੇ। ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ। ਹੁਣ ਮੋਮੋਜ਼ ਦੀ ਅੱਧੀ ਸਾਈਡ ਮੈਂ ਪਲੇਟ ਪਾਈ ਹਨ, ਅੱਧੀ ਸਾਈਡ ਦੀ ਪਲੇਨ ਹੈ, ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਕੀ ਕਰਨਾ ਹੈ, ਇਹਨੂੰ ਫੜ ਕੇ ਦੋਨੋਂ ਸਾਈਡ ਤੋਂ ਬਿਲਕੁਲ ਨਾਲ ਇੱਦਾਂ ਕਰ ਦੇਵਾਂਗੇ, ਬਿਲਕੁਲ ਪ੍ਰੈਸ ਕਰਦੇ ਹੋਏ ਬੰਦ ਕਰ ਦੇਵਾਂਗੇ। ਅਤੇ ਸਾਈਡ ਜਿਹੜੇ ਚੁੰਝਾ ਹਨ ਉਹ ਆਪਾਂ ਇਸ ਤਰੀਕੇ ਨਾਲ ਮੋੜ ਦੇਵਾਂਗੇ। ਆਪਣੀ ਇਹ ਵੀ ਸ਼ੇਪ ਬਣ ਕੇ ਤਿਆਰ ਹੋ ਗਈ ਹੈ। ਬਾਜ਼ਾਰ ਵਿੱਚ ਵੀ ਇਸ ਤਰ੍ਹਾਂ ਦੇ ਮੋਮੋਜ਼ ਮਿਲਦੇ ਹਨ, ਬਹੁਤ ਵਧੀਆ ਲੱਗਦੇ ਹਨ। ਸਾਰੇ ਮੋਮੋਜ਼ ਹੁਣ ਮੈਂ ਇਸ ਤਰੀਕੇ ਨਾਲ ਤਿਆਰ ਕਰਕੇ ਰੱਖ ਲਏ ਹਨ। ਹੁਣ ਮੈਂ ਗੈਸ ਦੇ ਉੱਪਰ ਕੜਾਹੀ ਵਿੱਚ 2 ਗਲਾਸ ਪਾਣੀ ਪਾ ਕੇ ਰੱਖਿਆ ਹੋਇਆ ਹੈ, ਪਾਣੀ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਅਤੇ ਇਸ ਤਰ੍ਹਾਂ ਦੀ ਮੈਂ ਛਾਣਨੀ ਲਈ ਹੈ ਜਿਹੜੀ ਹਰ ਇੱਕ ਘਰ ਦੇ ਵਿੱਚ ਹੁੰਦੀ ਹੈ, ਇਹਦੇ ਨਾਲ ਆਪਾਂ ਚਾਵਲ ਅਤੇ ਸੇਵੀਆਂ ਛਾਣਦੇ ਹਾਂ। ਅਤੇ ਇਹਦੇ ਉੱਪਰ ਆਪਾਂ ਹਲਕਾ ਤੇਲ ਲਗਾ ਲਵਾਂਗੇ, ਇਸ ਤਰ੍ਹਾਂ ਬ੍ਰਸ਼ ਨਾਲ ਹਰ ਪਾਸੇ ਤੇਲ ਲਗਾਉਣਾ ਹੈ। ਜੇ ਤੁਹਾਡੇ ਕੋਲ ਇਡਲੀ ਮੇਕਰ ਹੋਵੇ ਤੁਸੀਂ ਉਹਦੇ ਵਿੱਚ ਵੀ ਇਹ ਵਾਲੇ ਮੋਮੋਜ਼ ਬਣਾ ਕੇ ਤਿਆਰ ਕਰ ਸਕਦੇ ਹੋ। ਹੁਣ ਸਾਰੀ ਛਾਣਨੀ ਨੂੰ ਤੇਲ ਲਗਾ ਲਿਆ ਹੈ, ਪਾਣੀ ਰਿੱਝਣਾ ਸ਼ੁਰੂ ਹੋ ਗਿਆ ਹੈ। ਹੁਣ ਆਪਾਂ ਇਸ ਛਾਣਨੀ ਦੇ ਵਿੱਚ ਸਾਰੇ ਮੋਮੋਜ਼ ਇਸ ਤਰੀਕੇ ਨਾਲ ਥੋੜ੍ਹੇ ਦੂਰ ਕਰਕੇ ਰੱਖ ਦੇਵਾਂਗੇ। ਅਤੇ ਜਿੰਨੇ ਮੋਮੋਜ਼ ਰੱਖਣੇ ਹਨ ਸਾਰਿਆਂ ਵਿੱਚ ਥੋੜ੍ਹੀ ਥੋੜ੍ਹੀ ਸਪੇਸ ਹੋਣੀ ਜ਼ਰੂਰੀ ਹੈ, ਨਹੀਂ ਤਾਂ ਇਹ ਮੋਮੋਜ਼ ਆਪਸ ਵਿੱਚ ਜੁੜ ਵੀ ਜਾਂਦੇ ਹਨ। ਹੁਣ ਮੈਂ ਮੋਮੋਜ਼ ਜਿਹੜੇ ਹਨ ਇਸ ਤਰੀਕੇ ਨਾਲ ਛਾਣਨੀ ਵਿੱਚ ਸੈੱਟ ਕਰ ਦਿੱਤੇ ਹਨ। ਗੈਸ ਦੀ ਫਲੇਮ ਆਪਾਂ ਮੀਡੀਅਮ ਰੱਖਣੀ ਹੈ, ਇਸ ਤਰੀਕੇ ਨਾਲ ਆਪਾਂ ਢੱਕਣ ਇੱਕ ਲੈਣਾ ਹੈ ਜਿਹਦੇ ਵਿੱਚ ਚੰਗੀ ਤਰ੍ਹਾਂ ਸਟੀਮ ਬਣਦੀ ਰਹੇ, ਅਤੇ 15 ਮਿੰਟ ਵਾਸਤੇ ਸਟੀਮ ਦੇਵਾਂਗੇ। ਅਤੇ ਵਿੱਚ ਵਿੱਚ ਚੁੱਕਣਾ ਬਿਲਕੁਲ ਨਹੀਂ ਹੈ, 15 ਮਿੰਟ ਬਾਅਦ ਹੀ ਆਪਾਂ ਇਹਨਾਂ ਨੂੰ ਦੇਖਣਾ ਹੈ। ਅਤੇ ਉੱਪਰ ਮੈਂ ਹਲਕਾ ਜਿਹਾ ਭਾਰ ਪਾਤਾ ਸੀ ਤਾਂ ਕਿ ਬਿਲਕੁਲ ਸਟੀਮ ਬਾਹਰ ਨਾ ਨਿਕਲੇ। ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਮੋਮੋਜ਼ ਪੱਕਦੇ ਨੂੰ 15 ਮਿੰਟ ਹੋ ਚੁੱਕੇ ਹਨ, ਤਾਂ ਬਹੁਤ ਵਧੀਆ ਮੋਮੋਜ਼ ਆਪਣੇ ਬਣ ਕੇ ਤਿਆਰ ਹੋ ਗਏ ਹਨ। ਜਦੋਂ ਇਹਨਾਂ ਨੂੰ ਕੱਢ ਕੇ ਬਾਹਰ ਰੱਖ ਦੇਵਾਂਗੇ, ਹਲਕੇ ਹਲਕੇ ਟਰਾਂਸਪੀਰੈਂਟ ਹੋ ਜਾਣਗੇ। ਮੋਮੋਜ਼ ਹੁਣ ਬਹੁਤ ਜ਼ਿਆਦਾ ਗਰਮ ਹਨ ਕਿਉਂਕਿ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਟੀਮ ਆ ਗਈ ਹੈ, ਤਾਂ ਬਹੁਤ ਧਿਆਨ ਨਾਲ ਆਪਾਂ ਇਹਨਾਂ ਨੂੰ ਚਾਲੀ ਵਿੱਚੋਂ ਬਾਹਰ ਕੱਢਣਾ ਹੈ। ਅਤੇ ਬਾਕੀ ਦੇ ਮੋਮੋਜ਼ ਦੀ ਸਟਫਿੰਗ ਕਰਕੇ ਮੈਂ ਰੱਖ ਲਈ ਹੈ। ਤੁਸੀਂ ਦੇਖ ਸਕਦੇ ਹੋ ਕੜਾਹੀ ਵਿੱਚ ਪਾਣੀ ਥੋੜ੍ਹਾ ਘੱਟ ਗਿਆ ਹੈ, ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਐਡ ਕਰ ਦੇਵਾਂਗੇ। ਫਿਰ ਤੋਂ ਆਪਾਂ ਛਾਣਨੀ ਰੱਖਾਂਗੇ ਅਤੇ ਉੱਪਰ ਦੀ ਆਪਾਂ ਤੇਲ ਲਗਾ ਦੇਵਾਂਗੇ। ਤੇਲ ਲਗਾ ਕੇ ਫਿਰ ਆਪਾਂ ਸਾਰੇ ਮੋਮੋਜ਼ ਇਹਦੇ ਵਿੱਚ ਸੈੱਟ ਕਰ ਦੇਵਾਂਗੇ। ਅਤੇ 15 ਮਿੰਟ ਆਪਾਂ ਇਹਨਾਂ ਮੋਮੋਜ਼ ਨੂੰ ਵੀ ਸਟੀਮ ਦੇਣੀ ਹੈ, ਤਾਂ ਉੱਪਰ ਦੀ ਭਾਰ ਪਾ ਦੇਵਾਂਗੇ ਤਾਂ ਕਿ ਸਟੀਮ ਬਾਹਰ ਨਾ ਨਿਕਲੇ। ਬਾਹਰ ਬਾਰਿਸ਼ ਹੋ ਰਹੀ ਹੈ ਤਾਂ ਮੋਮੋਜ਼ ਬਣ ਕੇ ਮੇਰੇ ਬਿਲਕੁਲ ਤਿਆਰ ਹਨ, ਬਹੁਤ ਹੀ ਟੇਸਟੀ ਮੋਮੋਜ਼ ਬਣ ਕੇ ਤਿਆਰ ਹੋਏ ਹਨ, ਜਿਹੜੀ ਨਾਲ ਚਟਨੀ ਹੈ ਉਹਦੇ ਨਾਲ ਖਾਣ ਦਾ ਮਜ਼ਾ ਹੋਰ ਵੀ ਜ਼ਿਆਦਾ ਦੁੱਗਣਾ ਹੋ ਜਾਏਗਾ। ਅਤੇ ਤੁਹਾਨੂੰ ਹੁਣ ਮੈਂ ਮੋਮੋਜ਼ ਤੋੜ ਕੇ ਦਿਖਾਉਂਦੀ ਹਾਂ ਕਿੰਨਾ ਜ਼ਿਆਦਾ ਵਧੀਆ ਸਟਫਿੰਗ ਹੈ। ਕਲਰ ਦੇਖੋ ਸਟਫਿੰਗ ਦਾ ਉਸੇ ਤਰ੍ਹਾਂ ਦਾ ਹੀ ਹੈ।
ਗਰਮਾ ਗਰਮ ਮੋਮੋਜ਼ ਨੂੰ ਚਟਨੀ ਨਾਲ ਖਾਵਾਂਗੇ ਅਤੇ ਖਾਣ ਦਾ ਮਜ਼ਾ ਆਏਗਾ। ਤੁਸੀਂ ਮੇਰੇ ਤਰੀਕੇ ਨਾਲ ਮੋਮੋਜ਼ ਦੀ ਰੈਸਪੀ ਜ਼ਰੂਰ ਟਰਾਈ ਕਰਨਾ, ਫਿਰ ਮੈਨੂੰ ਦੱਸਣਾ ਕਿ ਤੁਹਾਡੇ ਮੋਮੋਜ਼ ਕਿਸ ਤਰ੍ਹਾਂ ਬਣੇ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।